ਹਾਂ ਜੀ, ਮੈਨੂੰ ਮੇਰੀ ਫਰੈਂਡ ਨੇ ਬੁਲਾਇਆ ਸੀਗਾ, ਮੈਂ ਏਜੰਟ ਦੇ ਥਰੂ ਗਈ ਸੀਗੀ। ਉਹਨੇ ਮੈਨੂੰ ਦੁਬਈ ਦੇ ਘਰ ਦੇ ਕੰਮ ਲਈ ਬੁਲਾਇਆ ਸੀਗਾ, ਫਿਰ ਮੈਨੂੰ ਮਾਰਕੀਟ ਘੱਲਤਾ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੱਟਮਾਰ ਵੀ ਕੀਤੀ ਆ। ਮੈਂ ਤਾਂ ਇਹੀ ਕਹਿੰਦੀ, ਇੰਡੀਆ ਨੇ ਲੜਕੀਆਂ ਇੱਧਰ ਹੀ ਰਹਿਣ, ਉੱਧਰ ਨਾ ਜਾਣ। ਉੱਥੇ ਕੀ ਵਾਪਰਿਆ, ਉੱਧਰ ਮਤਲਬ ਕਿ ਗਲਤ ਟਾਰਚਰ ਕਰਦੇ ਸੀਗੇ। ਕਿਹੜੇ ਵਿਜੇ ਦੇ ਗਏ? ਇੰਨਾ ਨਹੀਂ ਸੀਗਾ ਮੈਨੂੰ ਪਤਾ ਸੀਗਾ, ਇਸ ਗੱਲ ਦੇ ਸੰਪਰਕ ਵਿੱਚ ਹੋਏ ਹੋ? ਔਰ ਮੰਮੀ ਹੁਣਾਂ ਨੇ ਗੱਲ ਕਹੀ ਸੀਗੀ ਭਾਜੀ ਮੇਰੇ ਨਾਲ। ਇਧਰੋਂ ਦੁਬਈ ਗਏ ਸੀ, ਕਿਹੜੇ ਵਿਜੇ ਦੇ ਗਏ? ਇੰਨਾ ਸੀ ਵਰਕ ਪਰਮਿਟ ਸੀ ਕੀ ਸੀ? ਇੰਨਾ ਨਹੀਂ ਸੀਗਾ ਭਾਜੀ ਮੈਨੂੰ ਪਤਾ, ਮੈਨੂੰ ਤੇ 30,000 ਰੁਪਇਆ ਲੱਗਾ ਭਾਜੀ। 30,000 ਰੁਪਏ ਦੇ ਵਿੱਚ ਗੱਲ ਹੋਈ ਤਾਂ? ਹਾਂਜੀ, ਕਾਹਦੇ ਕੰਮ ਦਾ ਕਿਹਾ ਸੀ? ਘਰ ਦੇ ਕੰਮ ਨਾ ਭਾਜੀ। ਮੰਗ ਵੀ ਕੀਤੀ ਕਿ ਮੈਂ ਵਾਪਸ ਇੰਡੀਆ ਜਾਣਾ ਹੋਇਆ? ਹਾਂਜੀ, ਜਦੋਂ ਮੈਂ ਕਿਹਾ ਸੀ ਮੈਂ ਵਾਪਸ ਇੰਡੀਆ ਜਾਣਾ ਤਾਂ ਮੇਰਾ ਪਾਸਪੋਰਟ ਖੋਲਿਆ ਸੀ, ਕਹਿੰਦੇ ਤੈਨੂੰ ਇੰਡੀਆ ਨਹੀਂ ਜਾਣ ਦੇਣਾ। ਕੋਈ ਪੈਸੇ ਦੀ ਮੰਗ ਹੋਈ ਤੁਹਾਡੇ ਪਰਿਵਾਰ ਤੋਂ ਕੋਈ? ਹਾਂਜੀ, 2 ਲੱਖ ਦੀ ਮੰਗ ਹੁੰਦੀ ਸੀ। ਗਏ ਕਦੋਂ ਸੀ, ਕਿਹੜੇ ਮਹੀਨੇ ਗਏ? ਮੈਂ ਫਰਵਰੀ 'ਚ ਗਈ ਸੀ। ਫਰਵਰੀ 'ਚ ਪਹਿਲਾਂ ਦੁਬਈ ਗਏ? ਹਾਂਜੀ, ਪਹਿਲਾਂ ਮੈਂ ਦੁਬਈ ਗਈ, ਦੁਬਈ ਹਫ਼ਤਾ ਰਹੀ ਸੀਗੀ, ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਮਾਰਕੀਟ ਘੱਲਤਾ। ਹੋਰ ਵੀ ਉੱਥੇ ਲੜਕੀਆਂ ਗਿਆ ਇੱਦਾਂ ਦੀ ਸਪੀਡ? ਹਾਂਜੀ, ਹੋਰ ਵੀ ਬਹੁਤ ਜ਼ਿਆਦਾ ਇੰਡੀਅਨ ਕੁੜੀਆਂ ਨੇ, ਸਾਰੀਆਂ ਫਸੀਆਂ ਹੋਈਆਂ। ਮਸਕਟ ਦੇ ਵਿੱਚ ਕਿੰਨਾ ਚਿਰ ਹੈ? ਮਸਕਟ ਦੇ ਵਿੱਚ 4 ਮਹੀਨੇ ਮੈਂ ਉੱਥੇ ਰਹੀ ਹਾਂ। 4 ਮਹੀਨੇ ਕਿੰਨਾ ਹਾਲਾਤਾਂ ਚ ਰਹੇ? ਬਹੁਤ ਜ਼ਿਆਦਾ ਮਾੜੇ ਹਾਲਾਤ ਰਹੇ। ਹਾਂਜੀ, ਨਹੀਂ ਕੋਈ ਦਫ਼ਤਰ ਦਾ ਕੰਮ ਸੀ, ਘਰ ਦਾ ਕੰਮ ਸੀ? ਘਰ ਦਾ ਕੰਮ ਸੀਗਾ, ਮਤਲਬ ਕਿ ਬਹੁਤ ਮੈਂ ਤਾਂ ਚਿਕਨ ਚੁਕਨ ਦਾ ਇੱਦਾਂ ਕੰਮ ਕਰਾਇਆ ਸੀ, ਜੰਗਲ ਏਰੀਆ ਜਿੱਥੇ ਲੈ ਜਾਂਦੇ ਸੀਗੇ। ਹਾਂਜੀ, ਤੇ ਫਿਰ ਘਰ ਵਾਲੇ ਮੇਰੇ ਤੋਂ ਫੋਨ ਵੀ ਖੋ ਲੈਂਦੇ ਸੀ, ਫੋਨ ਨਹੀਂ ਸੀ ਦਿੰਦੇ, ਕਹਿੰਦੇ ਘਰੇ ਫੋਨ ਨਹੀਂ ਕਰਨਾ। ਆਫਿਸ ਵਾਲੇ ਵੀ ਇਹੀ ਗੱਲ ਕਰਦੇ ਸੀ, ਕਹਿੰਦੇ ਘਰੇ ਫੋਨ ਨਹੀਂ ਕਰਨਾ, ਫੋਨ ਫੜ ਲੈਂਦੇ ਸੀ। ਦੋਸ਼ੀਆਂ ਦੀ ਕਾਰਵਾਈ ਮੈਂ ਕਰਦਾ ਹਾਂ ਜਿੰਨਾ ਤੁਹਾਨੂੰ ਭੇਜਿਆ ਵਾ। ਹਾਂਜੀ, ਏਜੰਟ ਦੇ ਸੰਪਰਕ ਵਿੱਚ ਕਿਦਾਂ ਆਏ? ਉਹ ਮੇਰੀ ਸਹੇਲੀ ਨਾਲ ਕਨੈਕਟ ਸੀਗਾ, ਮੇਰੇ ਨਾਲ ਨਹੀਂ ਸੀਗਾ। ਕਿੱਥੋਂ ਦਾ ਏਜੰਟ ਸੀ? ਏਜੰਟ ਸੀਗਾ ਦੁਬਈ ਦਾ। ਸਹੇਲੀ ਕਿੱਥੋਂ ਦੀ ਹੈ? ਸਹੇਲੀ ਹੈਗੀ ਨਕੋਦਰ ਦੀ। ਉਹ ਨਾਮ ਕੀ ਸੀ ਏਜੰਟ ਦਾ? ਏਜੰਟ ਦਾ ਨਾਮ ਸੁਨੀਲ। ਉਹਨੂੰ ਪੈਸੇ ਦਿੱਤੇ ਤੁਸੀਂ ਜਾਣਵੇ ਦੇ? ਹਾਂਜੀ, ਨਹੀਂ ਮੈਂ ਕੁੜੀ ਨੂੰ ਦਿੱਤੇ ਸੀਗੇ, ਕੁੜੀ ਨੂੰ ਅੱਗੇ ਦਿੱਤੇ ਸੀਗੇ ਏਜੰਟ। ਤੁਹਾਡੇ ਨਾਲ ਕੁੜੀ ਨੇ ਸੰਪਰਕ ਕੀਤਾ ਜੀ, ਕੀ ਕੰਮ ਦਵਾਉਣਾ, ਕਿੰਨੀ ਤਨਖਾਹ ਦੇਈ ਸੀ? ਮੈਨੂੰ ਉਹਨਾਂ ਨੇ ਇੰਡੀਆ ਦਾ 30,000 23,000 ਕਿਹਾ ਸੀ। ਤੁਹਾਨੂੰ ਕੰਮ ਦੁਬਈ ਦਾ ਕਿਹਾ ਸੀ ਪਹਿਲਾਂ, ਮਸਕਟ ਦਾ ਕਿਹਾ ਸੀ? ਨਹੀਂ, ਮੈਨੂੰ ਦੁਬਈ ਦਾ ਕੰਮ ਕਿਹਾ ਸੀ, ਮੈਂ ਧੋਖਾ ਕੀਤਾ ਉਹਨੂੰ। ਹਾਂਜੀ, ਮਸਕਟ ਦੇ ਲਿਜਾ ਕੇ ਫਿਰ ਜਿਹੜਾ ਪਰਿਵਾਰ ਸੀ ਉਹ ਕੁੱਟਮਾਰ ਵੀ ਕਰਦਾ? ਹਾਂਜੀ, ਉਹ ਤਾਂ ਬਹੁਤ ਕੁੱਟਮਾਰ ਕਰਦੇ ਸੀਗੇ। ਜਦੋਂ ਕੁੱਟਮਾਰ ਕਰਦੇ ਸੀ ਉਸ ਤੋਂ ਬਾਅਦ ਅਸੀਂ ਕਿੱਦਾਂ ਪਰਿਵਾਰ ਨਾਲ ਗੱਲ ਕਰਦੇ? ਹਾਂਜੀ, ਫਿਰ ਮੈਂ ਮੰਮੀ ਹੁਣਾਂ ਨੂੰ ਸਾਰਾ ਕੁਛ ਦੱਸਿਆ ਸੀਗਾ, ਮੈਂ ਕਿਹਾ ਮੰਮੀ ਇੱਦਾਂ ਇੱਦਾਂ ਇੱਧਰ ਕਰਦੇ ਆ। ਹਾਂਜੀ, ਫਿਰ ਉਸ ਤੋਂ ਬਾਅਦ ਕਿੱਦਾਂ ਇੱਥੇ ਬਾਬਾ ਜੀ ਸੰਪਰਕ ਹੋਇਆ? ਉਹ ਮੰਮੀ ਹੁਣਾਂ ਨੂੰ ਪਤਾ ਹੈ। ਹੁਣ ਬਹੁਤ ਸਾਰੇ ਲੋਕ ਜਿਹੜੇ ਨੇ ਮੇਰੇ ਚਾਹੁੰਦੇ ਨੇ ਕਿ ਵਿਦੇਸ਼ ਚ ਸੈਟਲ ਹੋ। ਮੈਂ ਤਾਂ ਇਹ ਕਹਿੰਦੀ ਇੱਧਰ ਅੱਧੀ ਖਾਣੀ ਮਨਜ਼ੂਰ ਆ, ਇੰਡੀਅਨ ਕੁੜੀਆਂ ਇੱਧਰ ਹੀ ਰਹਿਣ, ਉੱਧਰ ਨਾ ਜਾਣ। ਕਿਹਨਾਂ ਮੁਲਕਾਂ 'ਚ ਨਾ ਜਾਣ? ਹਾਂਜੀ, ਖਾਸ ਕਰਕੇ ਉੱਧਰ ਨਾ ਜਾਣ। ਤੇ ਬੜੇ ਦੁੱਖ ਦੀ ਗੱਲ ਆ ਕਿ ਅੱਗੇ ਵੀ ਬਹੁਤ ਵਾਰੀ ਆਪ ਗੁਰਸੰਗਤਾਂ ਦੇ ਸਨਮੁਖ ਹੋਣਾ ਪਿਆ ਕਿ ਇਹ ਜਿਹੜੇ ਏਜੰਟ ਆ ਉਹ ਬਹੁਤ ਗਰੀਬ ਪਰਿਵਾਰਾਂ ਨੂੰ ਹੱਥਾਂ ਵਿੱਚ ਲੈਂਦੇ ਆ, ਖਾਸ ਕਰਕੇ ਲੋੜਵੰਦ ਪਰਿਵਾਰ ਦੇ ਬੱਚੇ ਜਿਹੜੇ ਹੈ ਲੜਕੀਆਂ ਨੂੰ, ਅਤੇ ਉਹਨਾਂ ਦੇ ਨਾਲ ਧੋਖਾ ਕਰਦੇ ਆ। ਇਹ ਜਿਹੜੀ ਲੜਕੀ ਆ ਪਿੰਡ ਨਕੋਦਰ ਦੇ ਕੋਲ ਆ, ਗਰੀਬ ਪਰਿਵਾਰ ਆ, ਇਹਦੇ ਲੜਕੀ ਦੇ ਪਿਤਾ 9 ਸਾਲ ਪਹਿਲਾਂ ਇਸ ਦੁਨੀਆਂ ਤੋਂ ਚਲੇ ਗਏ ਸੀ, ਅਤੇ ਇਹਦੇ ਘਰ ਵਿੱਚ ਵੱਡੀ ਹੋਣ ਕਰਕੇ ਇਹ ਲੜਕੀ ਜਿਹੜਾ ਸੀ ਘਰਦਿਆਂ ਨੇ ਫੈਸਲਾ ਲਿਆ ਕੋਈ ਇਹਨਾਂ ਨੂੰ ਪਿੰਡ ਮਹਿਦਪੁਰ ਤੋਂ ਕੋਈ ਉਹਨਾਂ ਦੀ ਲੜਕੀ ਮਿਲੀ, ਜਿਹਨੇ ਕਿਹਾ ਕਿ ਅਸੀਂ ਤੁਹਾਨੂੰ ਦੁਬਈ 'ਚ ਭੇਜ ਦਿੰਦੇ ਹਾਂ, ਤੇਰੀ 23,000 ਤਨਖਾਹ ਹੋਊਗੀ।
ਫਿਰ ਇਹਨੇ ਕੋਲ 30,000 ਰੁਪਈਆ ਲੈ ਕੇ ਇਹਨੂੰ ਦੁਬਈ 'ਚ ਭੇਜ ਦਿੱਤਾ, ਕਿਉਂਕਿ ਜਿਹੜੀ ਹੈਗੀ ਟਿਕਟ ਹੀ ਲੱਗਦੀ ਹੈ ਥੋੜ੍ਹਾ ਵੀਜ਼ਾ ਲਵਾ ਕੇ। ਉੱਥੋਂ ਦੁਬਈ ਤੋਂ ਇਹਨਾਂ ਨੂੰ 8 ਦਿਨ ਰੱਖ ਕੇ ਫਿਰ ਇਹਨੂੰ ਮਾਸਕਟ ਲੈ ਗਏ। ਮਾਸਕਟ ਲਿਜਾ ਕੇ ਇਹਦੇ ਕੋਲ ਪਾਸਪੋਰਟ ਖੋਲਿਆ, ਇਹਨੂੰ ਕੰਮ 'ਤੇ ਜਿਹੜਾ ਹੈਗਾ ਉਹ ਜੇ ਲਾਇਆ, ਖਾਣੇ ਪੀਣੇ ਦਾ ਜਿਸ ਤਰ੍ਹਾਂ ਹੁੰਦਾ ਉੱਧਰ ਉਹਨਾਂ ਦਾ ਖਾਣਾ ਹੋਰ, ਸੋ ਇਹਨਾਂ ਨੂੰ ਟੋਰਚਰ ਕਰਦੇ ਰਹੇ। ਸੋ ਇਹਨਾਂ ਦੇ ਘਰਦਿਆਂ ਨੇ ਇੱਥੇ ਸੰਪਰਕ ਕੀਤਾ, ਤਕਰੀਬਨ 2 ਮਹੀਨੇ ਪਹਿਲਾਂ ਇਹ ਸਾਡੇ ਕੋਲ ਆਏ ਤੇ ਸੀ। ਉਹ ਜਿਹੜੇ ਏਜੰਟ ਸੀ ਉਹਨਾਂ ਦੇ ਉੱਤੇ ਜਿਹੜਾ ਹੈਗਾ ਇਹ ਵਿਦੇਸ਼ ਮੰਤਰਾਲੇ ਨੇ ਇਹਨਾਂ ਦੇ ਉਹਨਾਂ ਦੇ ਸ਼ਿਕੰਜਾ ਕੱਸਿਆ, ਥੋੜ੍ਹਾ ਉਹਨਾਂ ਨਾਲ ਲੜਕੀ ਦੇ ਨਾਲ ਸੰਪਰਕ ਦੇ ਵਿੱਚ ਆਏ। ਸੋ ਉਦੋਂ ਬਾਅਦ ਜਿਹੜਾ ਹੈ ਇਹ ਲੜਕੀ 2 ਮਹੀਨੇ ਪਿੱਛੋਂ ਵਾਪਸ ਆਈ ਹੈ। ਸੋ ਸਾਡਾ ਤਾਂ ਕਹਿਣ ਦਾ ਹੀ ਮਕਸਦ ਹੈ ਕਿ ਇਹੋ ਜਿਹੇ ਜਿਹੜੇ ਗੁੰਮਰਾਹ ਕਰਨ ਵਾਲੇ ਏਜੰਟ ਆ ਜਾਂ ਕੋਈ ਲੜਕੀ ਆ, ਕਿਸੇ ਨੂੰ ਹੁੰਦਾ ਕੀ ਹੈ ਕਿ ਜਦੋਂ ਇੱਕ ਫਸ ਜਾਂਦਾ ਫਿਰ ਦੂਸਰੇ ਨੂੰ ਉਹ ਫਸਾ ਦਿੰਦਾ ਅਤੇ ਆਪ ਉਹਦੇ ਵਿੱਚੋਂ ਸੁੱਟ ਜਾਂਦਾ ਅਤੇ ਦੂਸਰੇ ਨੂੰ ਉੱਥੇ ਉਹ ਜਿਹੜਾ ਹੈ ਉਹਦੀ ਜਗ੍ਹਾ 'ਤੇ ਲੈ ਲੈਂਦੇ ਆ। ਸੋ ਇਹੋ ਜਿਹੇ ਕਹਿ ਕਹਾ ਕੇ ਝੂਠੇ ਜਿਹੜੇ ਹੈਗੇ ਆ ਇਹੋ ਜਿਹੇ ਸੁਪਨੇ ਦਿਖਾ ਕੇ ਵੀ ਤੁਹਾਨੂੰ ਇੰਨੀ ਤਨਖਾਹ ਮਿਲੂਗੀ, ਗਰੀਬ ਲਾਲਚ 'ਚ ਆ ਜਾਂਦਾ। ਸਾਡੀ ਹੱਥ ਜੋੜ ਕੇ ਬੇਨਤੀ ਹੈ, ਖਾਸ ਕਰਕੇ ਆ ਮਾਸਕਟ ਜਾਣ ਵਾਲੀਆਂ ਲੜਕੀਆਂ ਨੂੰ, ਦੁਬਈ ਜਾਣ ਵਾਲੀਆਂ ਲੜਕੀਆਂ ਨੂੰ, ਜਿਹੜੇ ਐਜੇ ਜਿਹੜੇ ਹੈ ਬਿਨਾਂ ਵਰਕ ਪਰਮਿਟ ਤੋਂ ਬਿਨਾਂ ਵੀ ਜਿਹੜੇ ਹੈ ਉਹ ਨਹੀਂ ਜਾਣਾ ਚਾਹੀਦਾ, ਏਜੰਟਾਂ ਦੇ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ। ਕਿਉਂਕਿ ਏਜੰਟ ਕਹਿੰਦੇ ਕੁਛ ਆ ਕਰਦੇ ਕੁਛ ਆ, ਜਦੋਂ ਉੱਥੇ ਬੱਚਾ ਫਸ ਜਾਂਦਾ ਤਾਂ ਫਿਰ ਇੱਥੇ ਪਰਿਵਾਰ ਵਾਸਤੇ ਜਿਹੜੇ ਪਹਿਲਾਂ ਹੀ ਗਰੀਬ ਹੁੰਦੇ ਆ ਉਹਨਾਂ ਵਾਸਤੇ ਬੜਾ ਔਖਾ ਹੋ ਜਾਂਦਾ। ਸੋ ਇਸ ਵਾਸਤੇ ਅਸੀਂ ਖਾਸ ਕਰਕੇ ਜਿੰਨੀਆਂ ਵੀ ਸਾਡੀਆਂ ਬੀਬੀਆਂ ਮਾਸਕਟ ਜਾਂ ਇਹਨਾਂ ਅਰਬ ਮੁਲਕਾਂ ਦੇ ਵਿੱਚ ਜਾਣ ਨੂੰ ਜਾਣਾ ਚਾਹੁੰਦੇ ਆ, ਉਹ ਕਿਸੇ ਜਿਹੜਾ ਹੈ ਵਰਕ ਪਰਮਿਟ ਤੋਂ ਬਿਨਾਂ ਨਾ ਜਾਣ, ਕਿਉਂਕਿ ਇੱਥੇ ਬਹੁਤ ਕੁਛ ਜਿਹੜੀਆਂ ਪਹਿਲਾਂ ਹੀ ਬਹੁਤ ਠੱਗੀਆਂ ਹੋ ਰਹੀਆਂ, ਜਿਹਦੇ ਵਿੱਚ ਦੁਬਈ 'ਚ ਲਿਜਾ ਕੇ ਫਿਰ ਹੋਰ ਮੁਲਕਾਂ ਦੇ ਵਿੱਚ ਫਸਾ ਦਿੱਤਾ ਜਾਂਦਾ। ਸੋ ਇਹੋ ਜਿਹੇ ਏਜੰਟ ਬਹੁਤ ਆ, ਥੋੜ੍ਹੇ ਥੋੜ੍ਹੇ ਪੈਸੇ ਖਾਤਰ ਕਿਸੇ ਗਰੀਬ ਦਾ ਸ਼ੋਸ਼ਣ ਕਰਦੇ ਆ। ਸੋ ਇਹਨਾਂ ਤੋਂ ਬਚੋ, ਜੇ ਜਾਣਾ ਵੀ ਹੈ ਕਿਤੇ ਅਤੇ ਵਰਕ ਪਰਮਿਟ ਦੇ ਰਾਹੀਂ ਜਾਓ, ਤਾਂ ਕਿ ਉਹਦੇ ਵਿੱਚ ਸਰਕਾਰ ਵੀ ਜਿਹੜਾ ਹੈ ਉਹਦੀ ਜ਼ਿੰਮੇਵਾਰ ਹੁੰਦੀ ਹੈ। ਸੋ ਇਹ ਬਹੁਤ ਵੱਡੀ ਜਿਹੜੀ ਹੈਗੀ ਤਰਾਸਦੀ ਹੈ, ਇਹੋ ਜਿਹੇ ਜਦੋਂ ਕੇਸ ਆਉਂਦੇ ਆ ਪਰਿਵਾਰ ਵਾਸਤੇ ਬੜਾ ਦੁਖਦਾਈ ਹੁੰਦਾ, ਉਦੋਂ ਬੱਚਾ ਬਾਹਰ ਜਾ ਕੇ ਫਸ ਜਾਂਦਾ। ਸੋ ਉਹਦਾ ਉੱਥੇ ਇੰਨਾ ਜ਼ੋਰ ਨਹੀਂ ਚੱਲਦਾ ਹੁੰਦਾ ਕਿ ਅਸੀਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਜਿਹੜੀ ਅੰਬੈਸੀ ਆ ਇਹਨਾਂ ਬੱਚਿਆਂ ਨੂੰ ਵਾਪਸ ਲੈ ਕੇ ਆਉਂਦੀ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹਨਾਂ ਦੇ ਯਤਨਾਂ ਸਦਕਾ ਬੱਚੀ ਵਾਪਸ ਆਈ। ਸੋ ਅਸੀਂ ਬੇਨਤੀ ਵੀ ਕਰਾਂਗੇ ਕਿ ਇਹੋ ਜਿਹਾ ਡਾਕਟਰ ਤੋਂ ਜ਼ਰੂਰ।